ਅਜੂ ਹੁਸ਼ਿਆਰਪੁਰ ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਕਾਸ ਕ੍ਰਾਂਤੀ ਰੈਲੀ ਕੀਤੀ ਗਈ ਹੈ ਤੇ ਕਿਹਾ ਕਿ ਉਹਨਾਂ ਵੱਲੋਂ 867 ਕਰੋੜ ਰੁਪਏ ਦੀ ਲੱਖ ਤੇ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਭਰ ਦੇ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਸੁਮੇਰ ਨਾਲ ਇਸ ਵਕਤੀ ਗੱਲਬਾਤ ਕਰਨ ਲਈ ਹੁਸ਼ਾਰਪੁਰ ਦੇ ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਅੱਜ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਕ੍ਰਾਂਤੀ ਰੈਲੀ ਕੀਤੀ ਗਈ ਹੈ 800 ਸਟਾਰਟ ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਮੈਡੀਕਲ ਕਾਲਜ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਬੜੀ ਹਾਸੋ ਹਿਣਾ ਵਿਸ਼ਾ ਵੀ ਬਣਿਆ ਹੋਇਆ ਹੈ ਅੱਜ ਪੰਜਵੀਂ ਵਾਰ ਉਹਦਾ ਨੀਂਹ ਪੱਥਰ ਜਿਹੜਾ ਰੱਖੂਗਾ ਜੀ ਅ ਦੇਖੋ ਤੁਸੀਂ ਸਭ ਤੋਂ ਪਹਿਲਾਂ ਤੇ ਮੈਂ ਤਾਂ ਸਭ ਤੋਂ ਪਹਿਲਾਂ ਸਮਝਦਾ ਕਿ ਇਸ ਰੈਲੀ ਦਾ ਨਾਂ ਹੀ ਗਲਤ ਰੱਖਿਆ ਹੈ ਇਸ ਰੈਲੀ ਦਾ ਨਾਂ ਜਿਹੜਾ ਹੋਣਾ ਚਾਹੀਦਾ ਵਿਕਾਸ ਭਰਾਂਤੀ ਰੈਲੀ ਭ੍ਰਾਂਤੀ ਮੀਨਸ ਲੋਕਾਂ ਨੂੰ ਭਰਮ ਲੋਕਾਂ ਨੂੰ ਭਰਮ ਦੇ ਵਿੱਚ ਪਾਇਆ ਜਾ ਰਿਹਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੁਸੀਂ ਮੈਨੂੰ ਦੱਸਿਆ ਕਿ 867 ਕਰੋੜ ਦੇ ਪ੍ਰੋਜੈਕਟ ਜਿਹੜੇ ਆ ਉਹ ਇਸ ਰੈਲੀ ਦੇ ਵਿੱਚ ਅਨਾਉਂਸ ਕੀਤੇ ਆ ਤੇ ਮੈਂ ਤੇ ਜਦੋਂ ਵੀ ਸੜਕਾਂ ਦੇ ਬਹੁਤ ਤੁਹਾਨੂੰ ਪਤਾ ਹੈ ਕਿ ਫਲੈਕਸਾਂ ਦਾ ਇਹ ਆਮ ਆਦਮੀ ਪਾਰਟੀ ਜਿਹੜੀ ਜਿਹੜੀ ਆਪਣੇ ਆਪ ਨੂੰ ਆਮ ਕਹਿੰਦੇ ਸੀ ਅੱਜ ਸਭ ਤੋਂ ਪਹਿਲਾਂ ਤੇ ਇਹ ਦੇਖ ਕੇ ਲੱਗਾ ਇਨੀ ਵੀ ਕਿਤੇ ਵੀ ਇਹ ਆਮ ਆਦਮੀ ਪਾਰਟੀ ਦੀ ਰੈਲੀ ਹੈ ਕਿਉਂਕਿ ਪੁਲਿਸ ਬਲ ਐਨੇ ਵੱਡੀ ਗਿਣਤੀ ਵਿੱਚ ਤਾਇਨਾਤ ਸਨ ਕਿ ਆਮ ਜਨਤਾ ਨੂੰ ਆਉਣ ਜਾਣ ਦੇ ਵਿੱਚ ਸਭ ਤੋਂ ਦੀ ਸਮੱਸਿਆ ਆਈ ਸਭ ਤੋਂ ਵੱਡੀ ਤਕਲੀਫ ਹੋਈ ਔਰ ਸਿਕਿਉਰਿਟੀ ਜਿਹੜੀ ਮੇਰੇ ਖਰ هزارਾਂ ਦੀ ਤਾਦਾਦ ਦੇ ਨਾਲ ਅੱਜ ਇਹ ਸਿਕਿਉਰਿਟੀ ਜਿਹੜੀ ਲੱਗੀ ਹੋਈ ਸੀ ਔਰ ਇਸ ਰੈਲੀ ਦੀ ਅਨਾਉਂਸਮੈਂਟ ਕਰਨ ਲਈ ਮੈਂ ਹੈਰਾਨ ਸੀ ਕਿ ਦੋ ਦੋ ਸੀਐਮ ਆ ਰਹੇ ਮੈਂ ਤੇ ਸਭ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਨੂੰ ਇਸ ਆਪਣੇ ਸੀਐਮ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਲੋਕਾਂ ਨੇ ਤੁਹਾਨੂੰ 91 ਸੀਟਾਂ ਦਿੱਤੀਆਂ ਤੇ ਫਿਰ ਦੋ ਦੋ ਸੀਐਮ ਦੀ ਜ਼ਰੂਰਤ ਕੀ ਹੈ ਔਰ ਦੂਸਰਾ ਜ ਜਿਹਨੀਆਂ ਮੈਂ ਫਲੈਕਸਾ ਦੀ ਗੱਲ ਕਰਦਾ ਸੀ ਫਲੈਕਸ ਬੋਰਡਸ ਲੱਗੇ ਹੋਏ ਆ ਉਹਨਾਂ ਤੇ ਮੈਂ ਚੇਤਨ ਜੀ ਮੈਂ ਦੇਖਿਆ ਪੀ ਛੋਟ ਛੋਟੀਆਂ ਨਾ ਚੇਪੀਆਂ ਲਗਾਈਆਂ ਹੋਈਆਂ ਸ਼ਾਇਦ ਤੁਸੀਂ ਵੀ ਦੇਖਿਆ ਹੋਣੀਆਂ ਉਹ ਜਿਹੜੀਆਂ ਛੋਟੀਆਂ ਚੇਪੀਆਂ ਉੱਤੇ ਕੱਟ ਕੇ 867 ਕਰੋੜ ਬਾਅਦ ਜਾਂ ਤਾਂ ਫਿਰ 867 ਕਰੋੜ ਹੈ ਹੀ ਨਹੀਂ ਤੇ ਜਾਂ ਫਿਰ 867 ਕਰੋੜ ਲੋਕਾਂ ਨੂੰ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੈਡੀਕਲ ਕਾਲਜ ਤੇ 350 ਕਰੋੜ ਦਾ ਹੈ ਔਰ 7.500 ਕਰੋੜ ਦੇ ਵਿੱਚੋਂ ਵੀ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ 100 1.500 ਕਰੋੜ ਰੁਪਏ 40% ਜਿਹੜਾ ਉਹ ਸਟੇਟ ਦਾ हिस्सा ਹੁੰਦਾ ਔਰ ਉਹ ਵੀ ਅਸੀਂ ਪਹਿਲਾਂ ਜਦੋਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਹੋਇਆ ਸਾਡੀ ਸਰਕਾਰ ਦੇ ਵਿੱਚ ਰੱਖਿਆ ਉਹ ਤੇ ਬਜਟਰੀ ਪ੍ਰੋਵੀਜ਼ਨ ਉਦੋਂ ਦੀਆਂ ਅਸੀਂ ਰੱਖੀਆਂ ਹੋਈਆਂ ਸੋ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਸਕੂਲ ਆਫ ਐਕਸਲੈਂਸ ਦੀ ਹੋਰ ਗਈ ਪ੍ਰੋਜੈਕਟ ਪਲੇਗਰਾਉਂਡਸ ਦੀ ਗੱਲ ਕੀਤੀ ਗਈ ਸਟੇਡੀਅਮਸ ਦੀ ਗੱਲ ਕੀਤੀ ਗਈ ਤੇ ਮੈਨੂੰ ਇਹ ਲੱਗਦਾ ਕਿ 867 ਕਰੋੜ ਦਾ ਪ੍ਰੋਜੈਕਟ ਨਹੀਂ ਹੈ ਇਹ ਮਸਾਂ ਹੀ ਸਟੇਟ ਦਾ ਮੇਰੇ ਖਿਆਲ 750 150 ਉਹ ਤੋਂ ਜ਼ਿਆਦਾ ਸਟੇਟ ਦਾ ਇਹ ਪ੍ਰੋਜੈਕਟ ਨਹੀਂ ਆ ਤੇ ਸਿਰਫ ਲੋਕਾਂ ਨੂੰ 867 ਕਰੋੜ ਦੱਸ ਕੇ ਸਿਰਫ ਇੱਕ ਗੁੰਮਰਾਹ ਕੀਤਾ ਜਾ ਰਿਹਾ ਇਸ ਤੋਂ ਬਾਅਦ ਕੁਝ ਨਹੀਂ ਹੈ ਸੋ ਇਹ ਮੇਰੇ ਕਹਿਣ ਦਾ ਮਤਲਬ ਹੈ ਕੁੱਲ ਮਿਲਾ ਕੇ ਇਹ ਵਿਕਾਸ ਬ੍ਰਾਂhanti ਰੈਲੀ ਹੈ ਕ੍ਰਾਂਤੀ ਕੋਈ ਨਹੀਂ ਹੈ ਇਹਦੇ ਵਿੱਚ ਬਹੁਤ ਵੱਡੇ ਵੱਡੇ ਤੁਮ ਗੱਜੇ ਮਾਰੇ ਗਏ ਨੇ ਅਰਵੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਵੱਲੋਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਅਰਵੰਦ ਕੇਜਰੀਵਾਲ ਵੱਲੋਂ ਹਾਲਾਂਕਿ ਪ੍ਰੋਜੈਕਟ ਮੈਡੀਕਲ ਕਾਲਜ ਜਿਹੜਾ ਕਿ ਵਿਸ਼ੇਸ਼ ਡਾਕਟਰ ਸਾਹਿਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੁਸੀਂ ਵੀ ਪੇਸ਼ੇਵਰ ਜੋ ਡਾਕਟਰ ਹੋ ਕਹਿੰਦਾ ਜੀ ਜਦੋਂ ਯੂਕਰੇਨ ਤੇ ਰਸ਼ੀਆ ਦੇ ਵਿਚਕਾਰ ਜੰਗ ਲੱਗੀ ਸੀਗੀ ਤਾਂ ਭਗਵੰਤ ਮਾਨ ਜੀ ਨੇ ਉਦੋਂ ਹੀ ਸੋਚ ਲਿਆ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮੈਡੀਕਲ ਕਾਲਜ ਬਣਾਵਾਂਗੇ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਵਿਦਿਆਰਥੀ ਵਰਗੇ ਉੱਥੋਂ ਵਾਪਸ ਆਣਾ ਪਿਆ ਸੀ ਉਹਨਾਂ ਹਾਲਾਤਾਂ ਦੇ ਵਿੱਚ ਜਦਕਿ ਮੈਡੀਕਲ ਕਾਲਜ ਦਾ ਤਾਂ ਜਿਹੜਾ ਆਪਾਂ ਰੀੜਕਾ ਕਹਿ ਸਕਦੇ ਤਾਂ ਮੇਰਾ ਤਾਂ ਪਿਛਲੇ 5-7 ਸਾਲਾਂ ਤੋਂ ਚੱਲੇ ਆ ਰਿਹਾ ਜੀ ਇਹ ਚੇਤਨ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਮੈਡੀਕਲ ਕਾਲਜ ਦਾ ਜਿਹੜਾ ਸੋਚ ਹੈ ਇਹ ਸੋਚ ਤਾਂ ਪਿਛਲੇ ਲਗਭਗ 5 ਤੋਂ 6 ਸਾਲ ਤੱਕ ਤੋਂ ਪਹਿਲਾਂ ਇਹ ਜਿਹੜੀ ਸੋਚ ਲਗਾਤਾਰ ਚੱਲੀ ਆ ਰਹੀ ਹੈ ਔਰ ਇਸ ਜਿਹੜੇ ਮੈਡੀਕਲ ਕਾਲਜ ਆ ਇਹਦੇ ਵਿੱਚ ਜਿਹੜਾ ਜਦੋਂ ਏ ਅਸੀਂ ਨੀਂ ਪੱਥਰ ਵੀ ਰੱਖਿਆ ਜ਼ਮੀਨ ਵੀ ਐਕਵਾਇਰ ਕੀਤੀ ਹੈ ਕਿਉਂਕਿ ਜ਼ਮੀਨ ਵੀ ਸਾਡੇ ਟਾਈਮ ਐਕਵਾਇਰ ਹੋਈ ਹੈ ਇਹ ਇੱਕ ਮਤਲਬ ਅਲੱਗ-ਅਲੱਗ ਫੇजेस ਦੇ ਵਿੱਚ ਜਿਹੜੀਆਂ ਉੱਪਰ ਬਣਨਾ ਹੁੰਦਾ ਅਸੀਂ ਨੀਂ ਪੱਥਰ ਰੱਖਿਆ ਜ਼ਮੀਨ ਐਕਵਾਇਰ ਕੀਤੀ ਹੈ ਹੁਣ ਇਸ ਤੋਂ ਬਾਅਦ ਨੈਕਸਟ ਸ਼ੁਰੂ ਹੋਏਗਾ ਵੈਸੇ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਦੇ ਵਿੱਚ ਕਰੀਬ ਜਿੰਨੇ ਕ ਮੈਡੀਕਲ ਕਾਲਜ ਅਜੇ ਤੱਕ ਅਨਾਉਂਸ ਹੋਏ ਆ ਉਹਦੇ ਚੋਂ 25-30% ਇਸੇਰੇ ਚੜੇ ਆ ਤੇ ਮੈਨੂੰ ਇਹ ਆ ਪਈ ਇਹ ਜਿਹੜਾ ਮੈਡੀਕਲ ਕਾਲਜ ਦਾ ਨੀ ਪੱਥਰ ਦੁਬਾਰਾ ਰੱਖਿਆ ਗਿਆ ਸੋ ਇਹ ਵੀ ਲੋਕਾਂ ਨੂੰ ਭ੍ਰਮਿਤ ਕੀਤਾ ਗਿਆ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਬਾਕੀ ਜਿਹੜੀ ਸੋਚ ਸੀ ਕਿ ਜੀ ਯੂਕਰੇਨ ਤੋਂ ਡਾਕਟਰ ਯੂਕਰੇਨ ਦਾ ਤਾਂ ਯੂਕਰੇਨ ਰਸ਼ੀਆ ਦਾ ਬਾਅਦ ਚ ਆਇਆ ਤੇ ਮੈਡੀਕਲ ਕਾਲਜ ਦਾ ਲੋਕਾਂ ਨੂੰ ਸਿਰਫ ਦੱਸ ਕੇ ਇਹ ਕਹਿਣਾ ਕਿ ਜੀ ਇਸ ਯੂਕਰੇਨ ਰਸ਼ੀਆ ਦਾ ਯੁੱਧ ਲੱਗਾ ਸੀ ਇਸ ਕਰਕੇ ਸਾਡੇ ਆਈਡੀਆ ਆ ਇਹ ਤਾਂ ਆਈਡੀਆ ਬਹੁਤ ਪੁਰਾਣਾ ਹੈ ਆਈਡੀਆ ਸਾਡਾ ਪਹਿਲਾਂ ਦਾ ਨੀ ਪੱਥਰ ਵੀ ਅਸੀਂ ਰੱਖਿਆ ਹੋਇਆ ਤੇ ਬਜਟਰੀ ਪ੍ਰੋਵੀਜ਼ਨ ਵੀ ਪਹਿਲੀਆਂ ਤੇ ਅੱਜ ਤਾਂ ਉਹ ਬਜਟ ਦੇ ਵਿੱਚ ਕਿਤੇ ਉਹ ਪ੍ਰੋਵੀਜ਼ਨ ਇਹਨਾਂ ਦੀ ਆਈਆਂ ਹੀ ਨਹੀਂ ਜੀ ਡਾਕਟਰ ਸਾਹਿਬ ਰੈਲੀ ਦੇ ਵਿੱਚ ਜਿਹੜੇ ਲੋਕ ਭਾਗ ਲੈਣ ਆਏ ਸੀਗੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਖਬਰਾਂ ਵੀ ਚੱਲੀਆਂ ਨੇ ਸ਼ਾਇਦ ਤੁਸੀਂ ਵੀ ਸਾਡੀ ਮੇਰੀ ਖਬਰ ਵੇਖੀ ਹੋਵੇ ਉਹਦੇ ਵਿੱਚ ਇੱਕ ਮਹਿਲਾ ਜਿਹੜੀ ਰੋ ਰਹੀ ਹੈ ਉਹ ਬਚਾਰੀ ਪੇਟ ਰਹੀ ਹੈ ਕਹਿੰਦੀ ਭਗਵੰਤ ਮਾਨ ਜੀ ਮੇਰੀ ਪੈਨਸ਼ਨ ਤੁਸੀਂ ਬੰਦ ਕਰ ਦਿਓ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਇੱਕ ਵੱਡਾ ਜਿਹੜਾ ਮੁੱਦਾ ਬਣਿਆ ਹੋਇਆ ਹੈ ਨਸ਼ੀਆਂ ਤੇ ਨਹੀਂ ਠੱਲ ਰਗ ਰਹੀ ਗੈਂਗਸਟਰਵਾਦ ਨੇ ਪ੍ਰਸਿੱਧਨ ਵਾਅਦਾ ਜਾ ਰਿਹਾ ਜਿਸ ਤੋਂ ਬਾਅਦ ਲੋਕ ਆਪਣੇ ਆਪ ਨੂੰ ਜਿਹੜਾ ਭੈ ਦੇ ਵਿੱਚ ਮਰਦ ਦੇ ਵਿੱਚ ਮਹਿਸੂਸ ਕਰ ਰਹੇ ਨੇ ਆਪਾਂ ਹਾਲ ਹੀ ਵਿੱਚ ਕੱਲ ਦੀ ਗੱਲ ਕਰੀਏ ਜੰਡਿਆਲਾਗੁਰੂ ਦੇ ਵਿੱਚ ਕਿ ਐਸਆਈ ਦਾ ਜਿਹੜਾ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਹੈ ਪੁਲਿਸ ਅਧਿਕਾਰੀਆਂ ਦੇ ਕਤਲ ਹੋ ਰਹੇ ਨੇ ਤੇ ਆਮ ਲੋਕ ਕਿੱਥੇ ਕੋ ਸੁਰੱਖਿਤ ਖੜੇ ਨੇ ਕਿਸ ਤਰ੍ਹਾਂ ਵੇਖਦੇ ਹੋ ਵਿਰੋਧੀ ਧਿਰ ਦੇ ਤੁਸੀਂ ਇੱਕ ਵੱਡੀ ਭੂਮਿਕਾ ਨਿਭਾ ਰਹੇ ਹੋ ਚੇਤਨ ਜੀ ਤੁਹਾਡੀ ਗੱਲ ਇਹ ਬਿਲਕੁਲ ਬੜਾ ਮੈਂ ਸਮਝਦਾ ਕਿ ਬੜੀ ਫਿਕਰ ਵਾਲੀ ਗੱਲ ਹੈ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਅਸੀਂ ਜੋ ਪੰਜਾਬ ਦੇ ਵਿੱਚ ਜਿਹੜੀ ਇਹ ਬਦਲਾਓ ਦੀ ਸਰਕਾਰ ਸੀ ਜਿਸ ਨੇ ਗੱਲ ਕੀਤੀ ਸੀ ਕਿ ਅਸੀਂ 3 ਮਹੀਨੇ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦਾਂਗੇ ਤੇ ਅੱਜ ਉਸ ਨਸ਼ੇ ਦਾ ਪਸਾਰ ਇੰਨਾ ਹੋ ਚੁੱਕਾ ਹੈ ਕਿ ਬੜੀ ਸੋਚ ਕੇ ਡਰ ਲੱਗਦਾ ਕਬਰਹਾਟ ਹੁੰਦੀ ਹੈ ਕਿ ਬੱਚੇ ਜਿਹੜੇ 18 ਸਾਲ ਤੋਂ ਛੋਟੇ ਐ ਉਹ ਵੀ ਬੱਚੇ ਜਿਹੜੇ ਉਹ ਚਿੱਟੇ ਦੇ ਆਦੀ ਹੋ ਚੁੱਕੇ ਐ ਔਰ ਸਾਡੇ ਅਜੇ ਪਤਾ ਨਹੀਂ ਕਿੰਨੇ ਕੁ ਨੌਜਵਾਨ ਨੇ ਜਿਹੜੇ ਡਰਗ ਓਵਰਡੋਜ਼ ਨਾਲ ਜਿੰਨਾਂ ਦੀ ਮੌਤ ਹੋ ਰਹੀ ਆ ਤੇ ਪਿੱਛੇ ਮੈਂ ਹਾਈ ਕੋਰਟ ਦਾ ਇੱਕ ਆંકੜਾ ਪੜ੍ਹ ਰਿਆ ਸੀ ਕਿ 20 ਮਹੀਨੇ ਦੇ ਵਿੱਚ ਕਰੀਬ 300 ਬੱਚੇ ਪੰਜਾਬ ਦੇ ਨੌਜਵਾਨ ਉਹ ਨਸ਼ਿਆਂ ਦੀ ਓਵਰਡੋਸ ਦੇ ਨਾਲ ਖਤਮ ਹੋ ਚੁੱਕੇ ਆ ਔਰ ਇਸ ਤੋਂ ਇਲਾਵਾ ਕਿਉਂਕਿ ਜਿੰਨੇ ਓਵਰਡੋਸ ਨੇ ਜਿੰਨੀਆਂ ਡੈਥਸ ਹੁੰਦੀਆਂ ਉਹਦੇ ਚ ਬਹੁਤਿਆਂ ਦਾ ਲੋਕ ਸ਼ਰਮ ਦੇ ਮਾਰੇ ਵਿਚਾਰੇ ਪੇਰੈਂਟਸ ਨਹੀਂ ਦੱਸਦੇ ਸੋ ਅੱਜ ਨਸ਼ਿਆਂ ਦੀ ਓਵਰਡੋਸ ਦੇ ਨਾਲ ਜਿਹੜੇ ਬੱਚੇ ਆ ਉਹ ਨੌਜਵਾਨ ਬੱਚੇ ਮਰ ਰਹੇ ਆ ਔਰ ਨਸ਼ਾ ਜਿਹੜਾ ਉਹ ਘਰ ਘਰ ਜਿਹੜਾ ਪਹੁੰਚ ਰਿਹਾ ਅੱਜ ਨਸ਼ੇ ਤੇ ਸੋਚਣ ਦੀ ਜ਼ਰੂਰਤ ਆ ਅੱਜ ਨਸ਼ੇ ਤੇ ਵਿਚਾਰ ਕਰਨ ਦੀ ਜ਼ਰੂਰਤ ਆ ਔਰ ਇਸ ਤੋਂ ਇਲਾਵਾ ਤੁਸੀਂ ਜਿਹੜੀ ਦੂਸਰੀ ਗੱਲ ਦੱਸੀ ਹੈ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਤੁਸੀਂ ਜਿਸ ਤਰ੍ਹਾਂ ਦੱਸਿਆ ਹੀ ਹੈ ਕਿ ਅੱਜ ਆਮ ਬੰਦੇ ਦੀ ਤਾਂ ਆਪਾਂ ਸੋਚ ਹੀ ਨਹੀਂ ਦੇਖੀ ਆਮ ਬੰਦਾ ਤਾਂ ਬਿਲਕੁਲ ਹੀ ਸੁਰੱਖਿਅਤ ਨਹੀਂ ਹੈ ਅੱਜ ਤੁਸੀਂ ਦੱਸਿਆ ਕਿ ਐਸਆਈ ਜੰਡਿਆਲਾ ਗੁਰੂ ਦੇ ਵਿੱਚ ਜਿਸ ਤਰ੍ਹਾਂ ਉਸ ਨੂੰ ਗੋਲੀਆਂ ਮਾਰ ਕੇ ਭੁੰਨ ਦਿੱਤਾ ਗਿਆ ਤੇ ਦੁਕਾਨਦਾਰ ਸ਼ਰੀ ਸ਼ਰੀਆਮ ਬਾਜ਼ਾਰ ਦੇ ਵਿੱਚ ਜਿਹੜੇ ਸ਼ੂਟਰਸ ਨੇ ਉਹ ਗੋਲੀਆਂ ਮਾਰ ਕੇ ਭੱਜ ਜਾਂਦੇ ਨੇ ਔਰ ਮੌਤਾ ਸ਼ਰੀਆਮ ਲਾ ਐਂਡ ਆਰਡਰ ਦੀ ਸਥਿਤੀ ਇੱਥੋਂ ਤੱਕ ਕਿ ਜਿਹੜੇ ਪੁਰਸ ਹੈੱਡਕਵਾਰਟਰ ਨੇ ਉੱਥੇ ਰਾਕਟ ਲਾਂਚਰਸ ਦੇ ਨਾਲ ਜਿਹੜੇ ਅਟੈਕ ਹੁੰਦੇ ਨੇ ਪੁਲਿਸ ਜਿਹੜੇ ਥਾਣੇ ਆ ਤਰਨਤਾਰਨ ਦੇ ਵਿੱਚ ਇੱਕ ਥਾਂ ਉੱਥੇ ਅਟੈਕ ਹੁੰਦੇ ਨੇ ਔਰ ਇਸ ਤੋਂ ਵੀ ਵੱਡੀ ਗੱਲ ਸ਼ਰਮਦੀਸ਼ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਜਿਹੜੇ ਗੈਂਗਸਟਰ ਆ ਉਹ ਜੇਲ੍ਹਾਂ ਦੇ ਵਿੱਚ ਇੰਟਰਵਿਊਜ਼ ਹੋ ਰਹੀਆਂ ਔਰ ਸਰਕਾਰ ਨੂੰ ਉਸ ਦਾ ਅਸਰ ਹੀ ਕੋਈ ਨਹੀਂ ਔਰ ਹਾਲ ਹੀ ਵਿੱਚ ਮਾਮਲਾ ਸਾਹਮਣੇ ਆਇਆ ਹੈ 2-4 ਦਿਨ ਪਹਿਲਾਂ ਹੀ ਡੀਸੀ ਸਾਹਿਬ ਦੇ ਘਰ ਗੋਲੀ ਚੱਲ ਜਾਂਦੀ ਹੈ ਜੀ हां तो सी देखो अपने वरिंदर शर्मा जी, जी। वरिंदर शर्मा जी ਉੱਥੇ ਦੇਖੋ ਐਨਾ ਵੀਵੀਆਈਪੀ ਏਰੀਆ ਹੈ ਮੈਂ ਤੁਹਾਨੂੰ ਇਹੀ ਕਹਾਂ ਕਿ ਪੁਲਿਸ ਵੀਜ਼ ਰੱਖੇਤ ਨਹੀਂ ਬਿਊਰੋਕਰੇਟਸ ਆਫੀਸਰ ਜਿਹੜੇ ਆ ਜਿਨ੍ਹਾਂ ਨੇ ਪਾਲਿਸਿਜ਼ ਬਣਾਣੀਆਂ ਜਿਨ੍ਹਾਂ ਨੇ ਗੁੱਡ ਗਵਰਨੈਂਸ ਦੇਣੀਆਂ ਜੋ ਉਹ ਵੀ ਸੁਰੱਖੇਤ ਨਹੀਂ ਆ ਸੋ ਅੱਜ ਜੇ ਇਹ ਜਿਹੜਾ ਆਪਾਂ ਗੱਲਾਂ ਕਰ ਰਹੇ ਨਾ ਕਿ ਮੈਂ ਜੀ ਹੁਸ਼ਿਆਰ ਪਰ ਜਿੰਨੇ ਪੁਰਾਣੇ ਮੁੱਖ ਮੰਤਰੀ ਸੀ ਉਹ ਇੰਨੀ ਵਾਰੀ ਨਹੀਂ ਆਏ ਜਿੰਨਾ ਅਸੀਂ ਆ ਗਏ ਆ ਤੇ ਮੈਂ ਸਮਝਦਾ ਕਿ ਆਉਣ ਦੀ ਜ਼ਰੂਰਤ ਨਹੀਂ ਆ ਲੋਕਾਂ ਨੇ ਤੁਹਾਨੂੰ ਇਸ ਕਰਕੇ ਸੱਤਾ 'ਚ ਨਹੀਂ ਬਿਠਾਇਆ ਕਿ ਤੁਸੀਂ ਲੋਕਾਂ ਦੇ ਵਿੱਚ ਬਾਰ-ਬਾਰ ਆਓ ਲੋਕਾਂ ਨੇ ਇਸ ਕਰਕੇ ਬਿਠਾਇਆ ਕਿ ਚੰਡੀਗੜ੍ਹ ਬੈਠੋ ਪਾਲਸੀ ਬਣਾਓ ਉਹਨੂੰ ਇੰਪਲੀਮੈਂਟ ਕਰੋ ਇਹ ਜਿ ਐਗਜ਼ੀਕਿਊਟ ਕਰੋ ਤਾਂ ਕਿ ਲੋਕਾਂ ਨੂੰ ਤੁਹਾਡਾ ਕੋਈ ਫਰਕ ਮਹਿਸੂਸ ਹੋਵੇ ਔਰ ਅੱਜ ਅਫਸੋਸ ਦੀ ਗੱਲ ਹੈ ਬਈ ਲੋਕ ਅੱਜ ਵੀ ਲੋਕਾਂ ਨੂੰ ਕੋਈ ਫਰਕ ਮਹਿਸੂਸ ਨਹੀਂ ਹੋ ਰਿਹਾ ਔਰ ਜਿੱਥੇ ਦਮਗਜੇ ਮਾਰ ਰਹੇ ਨਾ ਆਮ ਆਦਮੀ ਪਾਰਟੀ ਅੱਜ ਦਮਗਜੇ ਮਾਰ ਰਹੀ ਹੈ ਜੀ ਅਸੀਂ ਤਾਂ ਜੀ 90% ਲੋਕਾਂ ਦਾ ਬਿੱਲ ਜਿਹੜਾ ਜ਼ੀਰੋ ਆ ਰਿਹਾ ਤੇ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਬਿੱਲ ਪਹਿਲਾਂ ਵੀ ਜ਼ੀਰੋ ਆਂਦੇ ਸੀ ਔਰ ਇਹਨਾਂ ਨੂੰ ਮੈਂ ਉਸੇ ਸਰਕਾਰ ਦੀ ਗੱਲ ਦੱਸ ਰਿਹਾ 98 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਏ ਉਹਨਾਂ ਨੇ ਕਿਸਾਨਾਂ ਦਾ ਜਿਹੜਾ ਮੋਟਰਾਂ ਦੇ ਬਿੱਲ ਹੈ ਉਹ ਜ਼ੀਰੋ ਕਰਤੇ ਮੋਟਰਾਂ ਦੇ ਬਿੱਲ ਤਾਂ ਉਦੋਂ ਜ਼ੀਰੋ ਹੋ ਗਏ ਪਰ ਉਹ ਜ਼ੀਰੋ ਬਿੱਲ ਦੇ ਨਾਲ ਸਾਰਾ 5 ਸਾਲ ਗਾਣੇ ਰਾਗ ਗਾਉਂਦੇ ਨੇ ਜ਼ੀਰੋ ਬਿੱਲ ਜ਼ੀਰੋ ਬਿੱਲ ਕਿਸਾਨਾਂ ਦਾ ਬਿੱਲ ਮੋਟਰਾਂ ਦਾ ਨਹੀਂ ਆ ਰਿਹਾ ਤੇ 2002 ਦੇ ਵਿੱਚ ਜਦੋਂ ਚੋਣਾਂ ਹੋਏ ਤੇ ਉਹ ਜਿਹੜੀ ਸਰਕਾਰ ਬਦਲ ਗਈ ਸੀ ਛੋਏ ਜ਼ੀਰੋ ਬਿੱਲ ਨਾਲ ਕੁਝ ਨਹੀਂ ਹੋਣਾ ਜ਼ੀਰੋ ਬਿੱਲ ਤਾਂ ਪਹਿਲਾਂ ਵੀ ਆਂਦੇ ਆ ਪਹਿਲਾਂ ਵੀ ਬਿਜਲੀ ਸਸਤੀ ਮਿਲ ਰਹੀ ਆ ਸਿਰਫ ਲੋਕਾਂ ਨੂੰ ਗਮਰਾਹ ਕਰਨ ਦੀ ਜ਼ਰੂਰਤ ਨਹੀਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਫਰਕ ਆਣਾ ਜ਼ਰੂਰੀ ਹੈ ਬਦਲਾਅ ਦਿਸਣਾ ਜ਼ਰੂਰੀ ਜਿਹੜਾ ਕਿ ਅੱਜ ਵੀ ਦਿਖ ਨਹੀਂ ਰਿਹਾ ਸਰਕਾਰੀ ਤੰਤਰ ਇੱਕ ਵੱਡਾ ਮੁੱਦਾ ਬਣਿਆ ਹੋਇਆ ਸਰਕਾਰੀ ਤੰਤਰ ਆਪਾਂ ਆਮ ਤੌਰ ਤੇ ਵੇਖਦੇ ਆ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਦੇ ਮਾਨਯੋਗ ਭਗਵੰਤ ਮਾਨ ਜੀ ਕਾਂਗਰਸ ਨੂੰ ਬਹੁਤ ਲੰਮੇ ਹੱਥੀ ਲੈਂਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਲੰਮੇ ਹੱਥੀ ਲੈਂਦੇ ਕਿ ਇਹਨਾਂ ਨੇ ਸਰਕਾਰੀ ਤੰਤਰ ਦਾ ਜਿਹੜਾ ਉਹ ਘਾਣ ਕਰਕੇ ਰੱਖਿਆ ਹੋਇਆ ਮੈਂ ਸਰਕਾਰੀ ਤੰਤਰ ਰਾਜ ਦੀਆਂ ਤਾਜ਼ਾ ਤਸਵੀਰਾਂ ਦੀ ਗੱਲ ਕਰਾਂ ਤਾਜ਼ਾ ਮਾਮਲਿਆਂ ਦੀ ਗੱਲ ਕਰਾਂ ਰੋਡ ਵੇਜ਼ ਦੀਆਂ ਬੱਸਾਂ ਚਾਹੇ ਉਹ ਪੀਆਰਟੀਸੀ ਆ ਚਾਹੇ ਪਨ ਬੱਸ ਉਹਨਾਂ ਦੀ ਰੱਜ ਕੇ ਜਿਹੜੀ ਉਹਨਾਂ ਦੀ ਦੁਰਵਰਤੋਂ ਹੁੰਦੀ ਹੈ ਬੱਸ ਸਟੈਂਡ ਤੇ ਲੋਕ ਧੱਕੇ ਖਾਂਦੇ ਨੇ ਉਹਨਾਂ ਨੂੰ ਰੂਟ ਬੰਦ ਕਰ ਦਿੱਤੇ ਜਾਂਦੇ ਨੇ ਹਜ਼ਾਰਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੱਸਾਂ ਥੋੜੇ ਰੈਲੀ ਵਾਲੀ ਥਾਂ ਤੇ ਪਹੁੰਚ ਨਹੀਂ ਆ ਆਮ ਲੋਕਾਂ ਨੂੰ ਲੈ ਕੇ ਦੇਖੋ ਸਰਕਾਰੀ ਇਹ ਤਾਂ ਮੇਰੇ ਖਿਆਲ ਦੋ ਰੂਪਯੋਗ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਮੁੱਖ ਮੰਤਰੀ ਸਾਹਿਬ ਨੇ ਸੌ ਚੁੱਕੀ ਹੈ ਜਦੋਂ ਪਹਿਲੀ ਵਾਰ ਜਦੋਂ ਸੌ ਚੁੱਕੀ ਹੈ ਤੇ ਉਸ ਦੇ ਵਿੱਚ ਹੀ ਮੇਰਾ ਖਿਆਲ ਘੱਟ ਤੋਂ ਘੱਟ ਨਹੀਂ ਤਾਂ 50-60 ਕਰੋੜ ਦਾ ਤੇ ਉਦੋਂ ਹੀ ਜਿਹੜਾ ਸਰਕਾਰ ਦੇ ਜਿਹੜੇ ਖਜ਼ਾਨੇ ਨੂੰ ਚੂਨਾ ਲੱਗ ਚੁੱਕਾ ਸੀ ਔਰ ਉਸ ਤੋਂ ਇਲਾਵਾ ਅੱਜ ਤੁਸੀਂ ਰੈਲੀ ਦੇ ਵਿੱਚ ਦੇਖਿਆ ਹਰ ਰੈਲੀ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਸਰਕਾਰੀ ਬੱਸਾਂ ਨੂੰ ਉਹਨਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਸਰਕਾਰੀ ਮਸ਼ੀਨਰੀ ਨੂੰ ਦੁਰਵਰਤੋਂ ਕੀਤੀ ਜਾਂਦੀ ਹੈ ਔਰ ਐਨਾ ਹੀ ਨਹੀਂ ਮੀਡੀਆ ਦੀ ਜੇਕਰ ਗੱਲ ਕਰੀਏ ਤੇ 750 ਕਰੋੜ ਰੁਪਇਆ মিডিਆ ਨੇ ਰੱਖਿਆ ਇਹ ਵੀ ਤੇ ਦੁਰਵਰਤ ਹੋਈ ਆ ਨਾ ਅੱਜ ਜਿਹੜੇ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਬਦਨਾਮ ਹੋ ਰਹੇ ਆ ਆਪਾਂ 750 ਕਰੋੜ ਲਗਾ ਕੇ ਕਿਸਾਨਾਂ ਦੀ ਬਿਹਤਰੀ ਲਈ ਜਾਂ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਕਿਉਂ ਨਹੀਂ ਕੰਮ ਕਰਦੇ ਸੋ ਸਰਕਾਰੀ ਮੈਂ ਕਹਿੰਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਬੜੇ ਸਤਕਾਰਯੋਗ ਨੇ ਕਿਉਂਕਿ ਲੋਕਾਂ ਦੇ ਚੁਣੇ ਹੋਏ ਨੇ ਅੱਜ ਲੋਕਾਂ ਨੂੰ ਉਹਨਾਂ ਨੂੰ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਨਾ ਕਿ ਲੋਕਾਂ ਨੇ ਲੋਕਾਂ ਨੇ ਜਿਹਨਾਂ ਨੂੰ ਸੱਤਾ ਤੋਂ ਬਾਹਰ ਬਿਠਾ ਦਿੱਤਾ ਹੁਣ ਕਾਂਗਰਸ ਨੂੰ ਲੋਕਾਂ ਨੇ ਸੱਤਾ ਤੋਂ ਬਾਹਰ ਬਿਠਾਇਆ ਅਕਾਲੀ ਦਲ ਨੂੰ ਨਕਾਰ ਦਿੱਤਾ ਤੇ ਇਹਦਾ ਮਤਲਬ ਇਹ ਹੋਇਆ ਵੀ ਸਾਡੇ ਬਾਰੇ ਤਾਂ ਬੋਲਣ ਦੀ ਜ਼ਰੂਰਤ ਹੀ ਕੋਈ ਨਹੀਂ ਹੁਣ ਤਾਂ ਆਪਣੇ ਬਾਰੇ ਦੱਸਣ ਅੱਜ ਸਮਾਂ ਇਹ ਹੈ ਅੱਜ ਆਪਣੇ ਭਾਸ਼ਣ ਦਾ ਜਿਹੜਾ ਉਹਨਾਂ ਦਾ 92% ਹਿੱਸਾ ਉਹ ਇੱਥੇ ਹੋਣਾ ਚਾਹੀਦਾ ਹੈ ਵੀ ਤੁਸੀਂ ਕੀਤਾ ਕੀ ਹੈ ਤੇ ਕਰਨ ਕੀ ਜਾ ਰਹੇ ਆ ਤੁਹਾਡਾ ਪੰਜਾਬ ਦੇ ਪ੍ਰਤੀ ਤੁਹਾਡੀ ਸੋਚ ਕੀ ਹੈ ਅੱਜ ਤਾਂ ਤੁਸੀਂ ਪੰਜਾਬ ਨੂੰ ਮੈਂ ਦੇਖਿਆ ਕਿ ਕਰਜ਼ਾ ਅੱਜ ਤੁਸੀਂ ਕਹਿੰਦੇ ਸੀ ਪੰਜਾਬ ਦਾ ਕਰਜ਼ਾ ਅਸੀਂ ਲਾ ਦੇਵਾਂਗੇ ਔਰ ਤੁਸੀਂ ਆ 1.5 ਸਾਲ ਦੇ ਵਿੱਚ 50 ਹਜ਼ਾਰ ਕਰੋੜ ਦਾ ਇੱਕ ਸਾਲ 'ਚ ਤੁਸੀਂ ਕਰਜ਼ਾ ਲੈ ਲਿਆ ਸੋ ਪੰਜਾਬ ਤਾਂ ਜਿਹੜਾ ਹੋਰ ਕਰਜ਼ੇ ਦੇ ਵਿੱਚ ਗ੍ਰਸਤ ਹੁੰਦਾ ਜਾ ਰਿਹਾ ਸੋ ਇਸ ਕਰਕੇ ਅੱਜ ਜਿਹੜੀ ਹੈ ਪੰਜਾਬ ਨੂੰ ਇੱਕ ਇੱਕ ਅੱਛੀ ਸੋਚ ਦੀ ਜ਼ਰੂਰਤ ਹੈ ਅੱਛੀ ਵਿਜ਼ਨ ਦੀ ਜ਼ਰੂਰਤ ਹੈ ਨਾ ਕਿ ਕਦੀ ਅਸੀਂ ਸੀਡੀਜ਼ ਦੀਆਂ ਗੱਲਾਂ ਕਰੀ ਜਾਂਦੇ ਆ ਕਿ ਜੀ ਫਲਾਨੇ ਦੀ ਸੀਡੀ ਵੀ ਆਈ ਸੀ ਫਲਾਨੇ ਮੈਂ ਕਹਿੰਦਾ ਵੀ ਇਸ ਤੋਂ ਵੱਧ ਮਤਲਬ ਇੱਕ ਸਟੇਜ ਤੇ ਇੱਕ ਪਬਲਿਕ ਸਟੇਜ ਤੇ ਪੰਜਾਬ ਦਾ ਮੁੱਖ ਮੰਤਰੀ ਅਜਿਹੀਆਂ ਗੱਲਾਂ ਕਰੇ ਮੈਂ ਸਮਝਦਾ ਕਿ ਸ਼ੋਭਾ ਨਹੀਂ ਦਿੰਦਾ ਅਸੀਂ ਵੀ ਕਿਉਂਕਿ ਉਹਨਾਂ ਦੇ ਨਾਲ ਐਮਐਲਏ ਆ ਭਾਵੇਂ ਵਿਰੋਧੀ ਧਿਰ ਚ ਪਰ ਸਾਨੂੰ ਇਹ ਗੱਲਾਂ ਸੁਣ ਕੇ ਸ਼ਰਮ ਆਉਂਦੀ ਹੈ ਕਿ ਮੈਂ ਦੇਖਦਾ ਹਾਂ ਅੱਜ ਵੀ ਉਹਨਾਂ ਵੱਲੋਂ ਇਹੀ ਗੱਲਾਂ ਨੂੰ ਲੈ ਕੇ ਤਾਨਸ ਕੱਸਿਆ ਗਿਆ ਕਾਂਗਰਸ ਤੇ ਵੀ ਕੱਸਿਆ ਗਿਆ ਕਹਿੰਦੇ ਕਾਂਗਰਸੇ ਤਾਂ ਆਪਸ ਦੇ ਵਿੱਚ ਹੀ ਟੱਕਰਾ ਮਾਰਦੇ ਫਿਰਦੇ ਨੇ ਇਹਦਾ ਸੌਂਕ ਨਾਲ ਹਿਸਾਬ ਤਾਂ ਹੈ ਸ਼ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੋਰ ਬਾਦਲ ਤੇ ਉਹਨਾਂ ਵੱਲੋਂ ਵੱਡੇ ਜਿਹੜੇ ਦੋਸ਼ ਮढ़े ਗਏ ਨੇ ਕਿ ਇਹਨਾਂ ਨੂੰ ਤਾਂ ਕਹਿੰਦੇ ਘਰ ਦੇ ਵਿੱਚ ਕੋਈ ਪੁੱਛਕਿਸ਼ ਨਹੀਂ ਹੈਗੀ ਦੂਜਿਆਂ ਤੇ ਸਾਡੇ ਕਹਿੰਦੇ ਮਲੰਗ ਦੱਸਦੇ ਨੇ ਸਾਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਤਾਂ ਮੈਂ ਦੇਖਿਆ ਭਈ ਇਹ ਜਿਹੜੀ ਬਹੁਤ ਸਾਡੀ ਸਿਆਸਤ ਦੀ ਇਹ ਬਦਕਿਸਮਤੀ ਆ ਕਿ ਅਸੀਂ ਲੋਕਾਂ ਨੂੰ ਸਿਰਫ ਤਾੜੀਆਂ ਮਾਰਨ ਤੇ ਤਾੜੀਆਂ ਵਜਾਉਣ ਤੇ ਰੱਖਿਆ ਹੋਇਆ ਚਾਹੇ ਉਹ ਮਲੰਕ ਹੈਗੇ ਗੱਲ ਕਰ ਲਓ ਚਾਹੇ ਬੀਬਾ ਹਰ ਸਿਮਰਤ ਕੌਰ ਬਾਦਲ ਦੀ ਗੱਲ ਕਰ ਲਓ ਚਾਹੇ ਸੁਖਵੀ ਆਪਾਂ ਪਰਸਨਲ ਅਟੈਕਸ ਦੀ ਮੈਂ ਕਹਿੰਦਾ ਵੀ ਸੀਐਮ ਸ਼ੁੱਡ ਬੀ ਮਤਲਬ ਇੰਨਾ ਸਿਆਣਾ ਹੋਣਾ ਚਾਹੀਦਾ ਕਿ ਉਹਨਾਂ ਨੂੰ ਤੇ ਇਹਨਾਂ ਬਾਰੇ ਬੋਲਣ ਦੀ ਜ਼ਰੂਰਤ ਹੀ ਨਹੀਂ ਜਿਨ੍ਹਾਂ ਨੂੰ ਪਹਿਲਾਂ ਹੀ ਲੋਕਾਂ ਨੇ ਇਨਕਾਰ ਦਿੱਤਾ ਉਹਨਾਂ ਬਾਰੇ ਤੁਸੀਂ ਬੋਲ ਕੇ ਜੇ ਅੱਜ ਲੋਕਾਂ ਨੂੰ ਖੁਸ਼ ਕਰਦੇ ਹੋ ਜਾਂ ਉਹਨਾਂ ਦੀਆਂ ਉਹ ਤਾੜੀਆਂ ਦੀ ਉਮੀਦ ਕਰਦੇ ਹੋ ਮੈਂ ਸਮਝਦਾ ਕਿ ਇਹ ਬਹੁਤ ਬਦਕਿਸਮਤੀ ਹੈ ਪੰਜਾਬ ਦੀ ਬਦਕਿਸਮਤੀ ਹੈ ਵੀਵੀਆਈਪੀ ਕਲਚਰ ਨੂੰ ਕਿਸ ਤਰ੍ਹਾਂ ਵੇਖਦੇ ਹਾਂ ਪਰਸੋ ਰਾਤ ਨੂੰ ਹੁਸ਼ਿਆਰਪੁਰੀ ਐ ਸੌਂਦੇ ਨੇ ਸਵੇਰੇ ਉੱਠਦੇ ਨੇ ਸੈਰ ਤੇ ਘਰੋਂ ਬਾਹਰ ਨਿਕਲਦੇ ਨੇ ਸਾਰਾ ਹੀ ਸ਼ਹਿਰ ਹੈ ਜਿਹੜਾ ਸੜਕਾਂ ਇੱਕ ਮੈਨੂੰ ਲੱਗਦਾ ਕੋਈ ਖੰਭਾ ਨਹੀਂ ਇਹਨਾਂ ਨੇ ਛੱਡਿਆ ਦੂਜੇ ਪਾਸੇ ਇੱਕ ਪਾਸੇ ਭਗਵੰਤ ਮਾਨ ਦੀ ਫਲੈਕਸ ਫੋਟੋ ਆ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਆ ਇਹੀ ਮੁੱਖ ਮੰਤਰੀ ਸਾਹਿਬ ਕਹਿੰਦੇਗੇ ਕੰਮ ਬੋਲਦੇ ਹੋਣੇ ਚਾਹੀਦੇ ਆ ਐਵੇਂ ਬੱਸਾਂ ਪਿੱਛੇ ਫਲੈਕਸ ਬੋਰਡ ਲਾਣ ਦੀ ਟੰਗਣ ਦੀ ਲੋੜ ਨਾ ਪਵੇ ਕੰਮ ਬੋਲਣ ਜੀ ਦੇਖੋ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਇਹ ਹੀ ਦੱਸ ਕੇ ਹਟਿਆ ਕਿ ਜਦੋਂ ਆਪਾਂ ਸ਼ੁਰੂ ਹੀ ਕੀਤਾ ਕਿ ਅੱਜ ਜਦੋਂ ਅਸੀਂ ਰੈਲੀ ਨੂੰ ਦੇਖ ਰਹੇ ਸੀ ਤੇ ਜਿਹੜੀਆਂ ਪਾਰਟੀਆਂ ਪਹਿਲੀਆਂ ਜਿਹੜੀਆਂ ਕਨਵੈਨਸ਼ਨਲ ਪਾਰਟੀਆਂ ਆ ਜਿਹੜੀਆਂ ਪੁਰਾਣੀਆਂ ਪਾਰਟੀਆਂ ਜਿਨ੍ਹਾਂ ਨੂੰ ਇਹ ਅੱਜ ਵੀ ਦਰਕਾਰ ਦੇ ਤੇ ਨਕਾਰਦੇ ਨੇ ਉਹ ਪਹਿਲਾਂ ਵੀ ਤਾਂ ਸਿਸਟਮ ਦਾ ਪਹਿਲਾਂ ਵੀ ਸੇਮ ਹੀ ਸੀ ਸਿਕਿਉਰਿਟੀ ਪਹਿਲਾਂ ਵੀ ਸੇਮ ਸੀ ਤੇ ਅੱਜ ਵੀ ਫਿਰ ਮੁਰਗੀ ਖਾਨਾ ਕਿਉਂ ਨਹੀਂ ਖੋਲ ਲੈਂਦੇ ਪਹਿਲਾਂ ਕਹਿੰਦੇ ਵੀ ਜਿਹਨੂੰ ਸਿਕਿਉਰਿਟੀ ਚਾਹੀਦੀ ਉਹ ਮੁਰਗੀਖਾਨਾ ਖੋਲ ਲਵੇ ਤੇ ਅੱਜ ਇੰਨੀ ਸਿਕਿਉਰਿਟੀ ਆ ਕਿ ਆਮ ਲੋਕਾਂ ਨੂੰ ਆਉਣ ਜਾਣ ਦੀ ਕਿੱਡੀ ਵੱਡੀ ਸਮੱਸਿਆ ਹੋ ਰਹੀ ਆ ਸੋ ਮੈਂ ਸਮਝਦਾ ਕਿ ਅੱਜ ਆਮ ਆਦਮੀ ਦੀ ਰੈਲੀ ਨਹੀਂ ਸੀ ਅੱਜ ਆਇਆ ਲੱਗਦਾ ਸੀ ਕਿ ਬਹੁਤ ਹੀ ਕੋਈ ਵੀ ਵੀ ਆਈਪੀ ਰੈਲੀ ਐ ਜਿਸ ਦੀ ਜ਼ਰੂਰਤ ਨਹੀਂ ਹੈ ਪੰਜਾਬ ਨੂੰ ਅੱਜ ਪੰਜਾਬ ਨੂੰ ਅੱਜ ਕਿੰਨਾ ਖਰਚਾ ਹੋਇਆ ਹੋਏਗਾ ਅੱਜ ਉਹ ਖਰਚਾ ਜਦੋਂ ਪੰਜਾਬ ਤੇ ਇੰਨਾ ਕਰਜ਼ਾ ਚੜ ਰਿਹਾ ਅੱਜ ਉਸ ਖਰਚੇ ਨੂੰ ਬਚਾਉਣ ਦੀ ਜ਼ਰੂਰਤ ਆ ਮੈਂ ਇਹਨਾਂ ਨੂੰ ਅੱਜ ਇਹ ਵੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਇਹਨਾਂ ਨੂੰ ਸੀਟਾਂ ਜੇ 92 ਸੀਟਾਂ ਆਈਆਂ ਤੇ ਉਹ ਕੋ ਰੈਲੀਆਂ ਕਰਕੇ ਨਹੀਂ ਆਈਆਂ ਰੈਲੀਆਂ ਕਰਕੇ ਕਿਸੇ ਨੂੰ ਕੋਈ ਸੀਟ ਨਹੀਂ ਆ ਸਕਦੀ ਤੇ ਉਹ ਤੇ ਤਾਂ ਹੀ ਆ ਸਕਦੀ ਜੇਕਰ ਲੋਕਾਂ ਦੀ ਸੋਚ ਦੇ ਵਿੱਚ ਤੁਸੀਂ ਪੋਜ਼ਿਟਿਵ ਕੋਈ ਚੇਂਜ ਲਿਆਓਗੇ ਕੋਈ ਕੰਸਟਰਕਟਿਵ ਬਦਲਾਅ ਲਿਆਓਗੇ ਤਾਂ ਹੀ ਜਿਹੜੀ ਚੇਂਜ ਆ ਸਕਦੀ ਹੈ ਔਰ ਜਿਹੜੀ ਸਕੂਲ ਆਫ ਐਕਸਲੈਂਸ ਆ ਸਕੂਲ ਤੁਸੀਂ ਗੱਲ ਕਰ ਰਹੇ ਸੀ ਸਕੂਲ ਆਫ ਐਮਿਨੈਂਸ ਦੀ ਸਕੂਲ ਆਫ ਐਮਿਨੈਂਸ ਨੂੰ ਲੈ ਕੇ ਪਹਿਲਾਂ ਸ਼੍ਰੀ ਅਮਰਤਸਰ ਸਾਹਿਬ ਜੀ ਨੇ ਤੇ ਅੱਜ ਅਰਵਿੰਦ ਕੇਜਰੀਵਾਲ ਵੱਲੋਂ ਨਵਾਂ ਐਲਾਨ ਕਰ ਦਿੱਤਾ ਗਿਆ ਕਿ ਹੁਸ਼ਾਰਪੁਰ ਦੇ ਵਿੱਚ ਕਰੋੜਾ ਰੁਪਏ ਦੀ ਲਗਤ ਦੇ ਨਾਲ ਇੱਕ ਸਕੂਲ ਤਿਆਰ ਕੀਤਾ ਜਾਵੇਗਾ ਪ੍ਰਾਈਵੇਟ ਸਕੂਲਾਂ ਨੂੰ ਮੱਤ ਦੇਵੇਗਾ ਜੀ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਨੂੰ ਲੈ ਕੇ ਵੱਡੇ ਤੋਂ ਵੱਡੇ ਮਾਰੇ ਗਏ ਨੇ ਜੀ ਇਹ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਵੀ ਸਿੱਖਿਆ ਬਰਹਾਂਤੀ ਤੇ ਸਿਹਤ ਬਰਹਾਂਤੀ ਹੈ ਮੈਂ ਜੇ ਅਗਰ ਸਿੱਖਿਆ ਬਾਰੇ ਗੱਲ ਕਰਾਂ ਅੱਜ ਮੈਨੂੰ ਬੜੀ ਵੈਸੇ ਖੁਸ਼ੀ ਹੋਈ ਮੈਂ ਤੁਹਾਡੇ ਨਾਲ ਤੁਹਾਡੇ ਸਾਰੇ ਵੀਅਰਜ਼ ਨਾਲ ਸ਼ੇਅਰ ਕਰਨਾ ਚਾਹੁੰਦਾ ਤੇ ਅੱਜ ਕੇਜਰੀਵਾਲ ਨੇ ਪਹਿਲੀ ਵਾਰੀ ਕਿਹਾ ਵੀ ਕਾਂਗਰਸ ਦੇ ਟਾਈਮ ਦੀ ਜਿਹੜੀ ਐਜੂਕੇਸ਼ਨ ਆ ਉਹ ਮਾਡਲ ਜਿਹੜਾ ਹੈ ਉਹ ਬਹੁਤ ਵਧੀਆ ਹੈ ਤਾਂ ਤੁਹਾਨੂੰ ਸ਼ਾਇਦ ਯਾਦ ਹੋਣਾ ਮਾਨਯੋਗ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਕਹਿ ਰਹੇ ਸੀ ਕਿ ਮੈਂ ਆਈਆਈਟੀ ਖੜਗਪੁਰ ਪੜਿਆ ਪੜਾ ਹੂੰ ਜੀ ਔਰ ਆਈਆਈਟੀ ਖੜਗਪੁਰ ਸਭ ਤੋਂ ਵੱਡਾ ਇੰਜੀਨੀਅਰਿੰਗ ਕਾਲਜ ਹੈ ਔਰ ਉਸਕੀ ਐਜੂਕੇਸ਼ਨ ਜੋ ਪੜ੍ਹਾਈ ਹੈ ਉਹ ਬਿਹਤਰੀਨ ਹੈ ਤੋ ਮੇਰਾ ਸੁਪਨਾ ਹੈ ਕਿ ਮੇਰੇ ਬੱਚੇ ਵੈਸੇ ਬਣੇ ਇਹਦਾ ਮਤਲਬ ਇਹ ਵੀ 1951 ਚ ਖੜਗਪੁਰ ਜਿਹੜਾ ਸਾਡਾ ਆਈਆਈਟੀ ਬਣਿਆ ਸੀ ਤੇ ਇਹਦਾ ਮਤਲਬ ਹੈ ਸਾਡਾ ਐਜੂਕੇਸ਼ਨ ਮਾਡਲ ਤੇ ਉਦੋਂ ਹੀ ਬਹੁਤ ਵਧੀਆ ਸੀ ਜੇ ਅੱਜ ਵੀ ਕੇਜਰੀਵਾਲ ਸਾਹਿਬ ਨੇ ਅੱਜ ਤਾਰੀਫ ਕੀਤੀ ਆ ਉਹਦੀ ਔਨ ਰਿਕਾਰਡ ਜੇ ਤੁਸੀਂ ਵੀਡੀਓ ਵੀ ਨਾਲ ਚਲਾਓਗੇ ਤਾਂ ਉਸ ਵੀਡੀਓ 'ਚ ਕੇਜਰੀਵਾਲ ਸਾਹਿਬ ਕਹਿੰਦੇ ਆ ਜੀ ਐਜੂਕੇਸ਼ਨ ਮੈਂ ਵੈਸੇ ਆਪਣੇ ਬੱਚੇ ਬਣਾਉਣਾ ਚਾਹਤਾ ਹੂੰ ਇਹਦਾ ਮਤਲਬ ਕਾਂਗਰਸ ਦਾ ਐਜੂਕੇਸ਼ਨ ਮਾਡਲ ਜਿਹੜਾ ਆਜ਼ਾਦੀ ਤੋਂ ਬਾਅਦ ਸੀ ਉਹ ਵੀ ਬਹੁਤ ਵਧੀਆ ਸੀ ਤੇ ਜਿਹੜਾ ਸਾਡੀ ਸਰਕਾਰ ਦਾ ਐਜੂਕੇਸ਼ਨ ਮਾਡਲ ਸੀ ਜਦੋਂ ਸਰਵੇ ਹੋਇਆ ਨੈਸ਼ਨਲ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਇੱਕ ਸਿਸਟਮ ਹੈ ਜਿਹਦੇ ਤਹਿਤ ਨੈਸ਼ਨਲ ਲੈਵਲ ਤੇ ਸਰਵੇ ਹੁੰਦੇ ਆ ਉਸ ਸਰਵੇ ਦੇ ਵਿੱਚ ਸਾਡੇ ਸਕੂਲ ਸਾਡੀ ਸਰਕਾਰ ਦੇ ਸਮੇਂ ਇੱਕ ਨੰਬਰ ਤੇ ਆਦੇ ਰਹੇ ਆ ਤੇ ਅੱਜ ਹੁਣ ਜਿਹੜਾ ਐਨਪੀਜੀਆਈ ਹੋਏਗਾ ਜਾਂ ਸਰਵੇ ਹੋਏਗਾ ਪਤਾ ਲੱਗ ਜੂਗਾ ਕਿ ਕਿਹੜੇ ਤੇ ਆ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਕਾਂਗਰਸ ਪਾਰਟੀ ਦੀ ਸੋਚ ਸੀ ਉਹ ਪਹਿਲਾਂ ਵੀ ਬਹੁਤ ਬਿਹਤਰ ਸੀ ਤੇ ਅੱਜ ਵੀ ਬਿਹਤਰ ਅੱਜ ਤੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਆਪ ਹੀ ਮੰਨ ਲਿਆ ਆਪ ਹੀ ਤਰੀਫਾਂ ਕਰਤੀਆਂ ਇਸ ਦੇ ਜਿਹੜਾ ਦੇਸ਼ ਦਾ ਜਿਸ ਦੇਸ਼ ਸੇ ਮੈਂ ਪੜਾ ਹੂੰ ਮੈਂ ਉਸ ਦੇਸ਼ ਜੈਸਾ ਆਪਣੇ ਬੱਚੋ ਕੋ ਬਣਾਉਣਾ ਚਾਹਤਾ ਹੂੰ ਵੈਸੀ ਪੜਾਈ ਲਾਣਾ ਚਾਹ। ਸੋ ਇਸ ਕਰਕੇ ਮੇਰੀ ਇਹੀ ਸਕੂਲ ਆਫ ਪਹਿਲਾਂ ਐਮੀਨਸ ਬਣਾਇਆ ਸੀ ਹੁਣ ਪਤਾ ਨਹੀਂ ਐਕਸੀਲੈਂਸ ਹੋ ਗਿਆ। ਤੇ ਬਾਕੀ ਜਿਸ ਕਾਲਜ ਜਿਸ ਸਕੂਲ ਅੰਮ੍ਰਿਤਸਰ ਦੀ ਗੱਲ ਕਰਦੇ ਆਂ ਅੰਮ੍ਰਿਤਸਰ ਤਾਂ ਪਹਿਲਾਂ ਹੀ ਆਲਰੇਡੀ that is ਨੰਬਰ 1 ਸਾਡੀ ਸਰਕਾਰ ਦੁਆਰਾ ਫੰਡਡ ਹੈ ਉੱਥੇ ਆਲਰੇਡੀ ਬੱਚਿਆਂ ਦੀ ਸਟਰੈਂਥ ਬਹੁਤ ਜ਼ਿਆਦਾ ਹੈ ਮੈਨੂੰ ਗੱਲ ਯਾਦ ਆ ਗਈ ਇਹਨਾਂ ਨੇ ਇਹਨਾਂ ਦੇ ਐਮਐਲਏ ਸਾਹਿਬ ਕੁਮਰ ਵਿਜੇ ਪ੍ਰਤਾਪ ਵੱਲੋਂ ਤੰਜ ਵੀ ਕੱਸਿਆ ਗਿਆ ਸੀਗਾ ਸੋਸ਼ਲ ਮੀਡੀਆ ਤੇ ਬਕਾਇਦਾ ਇਸ ਗੱਲ ਨੂੰ ਲੈ ਕੇ ਵੇਖੋ ਮੈਂ ਉਹੀ ਗੱਲ ਕਰਦਾ ਨਾ ਕਿ ਅੱਜ ਤਾਂ ਦੋ ਗੱਲ ਹੋ ਗਈ ਨਾ ਕੇਜਰੀਵਾਲ ਸਾਹਿਬ ਨੇ ਵੀ ਕਹਿ ਦਿੱਤਾ ਤੇ ਕਾਂਗਰਸ ਦਾ এডਿਕੇਸ਼ਨ ਮਾਡਲ ਜਿਹੜਾ ਬੜਾ ਵਧੀਆ ਸੀ ਤੇ ਵਧੀਆ ਹੈ ਤੇ ਉਧਰ ਉਹ ਇਹਨਾਂ ਦੇ ਜਿਹੜੇ ਐਮਐਲਏ ਸਾਹਿਬ ਆ ਅਮਰitsar ਦੇ ਕੋਮਰ ਬਜੇ ਪ੍ਰਤਾਪ ਤੇ ਉਹਨਾਂ ਨੇ ਵੀ ਉਦੋਂ ਕਹਿੰਦਾ ਵੀ ਕਾਂਗਰਸ ਦੇ ਟਾਈਮ ਦਾ ਇਹ ਤਾਂ ਇਹ ਤਾਂ ਬਹੁਤ ਬੜੀਆ ਹੈ ਇਹ ਤਾਂ ਆਜ ਬੜੀਆ ਥੋੜੀ ਮੈਨੂੰ ਜੇ ਪਹਿਲੇ ਸੇ ਬੜੀਆ ਸੋ ਇਸ ਕਰਕੇ ਲੋਕਾਂ ਨੂੰ ਮੈਂ ਸਮਝਦਾ ਕਿ ਇਹ ਹੁਣ ਗੱਲ ਆ ਗਈ ਨਾ ਕਿ ਸਿੱਖਿਆ ਕ੍ਰਾਂਤੀ ਨਹੀਂ ਸਿੱਖਿਆ ਭ੍ਰਾਂਤੀ ਉਸੇ ਤਰ੍ਹਾਂ ਜਿਹੜੀ ਸਿਹਤ ਬ੍ਰਾਂਤੀ ਉਹਦੀ ਗੱਲ ਕਰੀਏ ਸਾਡੇ ਹੁਣ ਮਹੱਲਾ ਕਲੀਨਿਕਾਂ ਕਹਿੰਦੇ ਜੀ ਬਣ ਰਹਾ ਆ ਜਿੰਨੇ ਮੇਰਾ ਖਿਆਲ ਅੱਜ ਅਨਾਉਂਸ ਕਰਕੇ ਗਏ ਆ ਉਹਦੇ ਚੋ 33 ਜਿਹੜੇ ਮਹੱਲਾ ਕਲੀਨਿਕਾਂ ਉਹਤੇ ਭਾਵੇਂ ਇਹਨਾਂ ਦੇ ਪੈਸੇ ਲੱਗਣਗੇ ਬਾਕੀ ਦੇ ਇਹਨਾਂ ਤਾਂ ਪੈਸੇ ਕੋਈ ਨਹੀਂ ਲੱਗਣਾ ਅਨਾਉਂਸਮੈਂਟ ਮੈਨੂੰ ਤਾਂ ਸਮਝ ਨਹੀਂ ਆਇਆ ਕਾਦੀ ਅਨਾਉਂਸਮੈਂਟ ਕਰਗੇ 1.50 ਕਰੋੜ ਤੋਂ ਜ਼ਿਆਦਾ ਇਹਨਾਂ ਦੇ ਪੈਸੇ ਨਹੀਂ ਲੱਗਣੇ ਅੱਛਾ ਮੁਹੱਲਾ ਕਲੀਨਿਕ ਜਿਹੜੇ ਆਪਾਂ ਬਣਾਏ ਆ ਜਿਹੜੇ ਸਾਡੇ ਮੈਹਲ ਕਲੀਨਿਕ ਸੀ ਪਹਿਲਾਂ ਬੜੇ ਬੜੇ ਕਲੀਨਿਕ ਸੀ ਜਿੱਥੇ ਸਬਸਿਡੀਰੀ ਹੈਲਥ ਸੈਂਟਰ ਸੀਗੇ ਜਾਂ ਪੀਐਸਸੀ ਸੀ ਅੱਜ ਉਹਨਾਂ ਨੂੰ ਆਪਾਂ ਕਨਵਰਟ ਕਰਕੇ ਅੱਜ ਤੋਂ ਮੁਹੱਲਾ ਕਲੀਨਿਕ ਉੱਥੇ ਮੁਹੱਲਾ ਕਲੀਨਿਕ ਕੀ ਆਏਗਾ ਜੀ ਅਜਮਹਲਾ ਕਲੀਨਿਕ ਜਿਸ ਤਰ੍ਹਾਂ ਉਥੇ ਭ੍ਰਿਸ਼ਟਾਚਾਰ ਹੋ ਰਿਹਾ ਪਟਿਆਲੇ ਚ ਵੀ ਇੱਕ ਰਿਪੋਰਟ ਹੋਇਆ ਕਿ 300 ਮਰੀਜ਼ ਇੱਕ ਦਿਨ ਦੇ ਦੇਖੇ ਜਾਂਦੇ ਆ ਔਰ ਡਾਕਟਰਾਂ ਨੂੰ ਇਹਨਾਂ ਨੇ ਬਿਲਕੁਲ ਠੇਕੇ ਦੇ ਰੱਖ ਲਿਆ ਸਾਰਾ ਸਟਾਫ ਠੇਕੇ ਦੇ ਰੱਖ ਰਿਹਾ ਤੇ ਕੌਣ ਡਾਕਟਰ ਕੰਮ ਕਰੇਗਾ ਇਸੇ ਤਰ੍ਹਾਂ ਫਿਰ ਅੱਜ ਦਵਾਈਆਂ ਦੀ ਗੱਲ ਕਰਦੇ ਆ ਕਿਸੇ ਸਰਕਾਰੀ ਹਸਪਤਾਲ ਚ ਮੈਂ ਦੇਖਿਆ ਸਾਡੇ ਪੀਐਸਸੀ ਨੇ ਸੀਐਸਸੀ ਨੇ ਕੋਈ ਦਵਾਈ ਫ੍ਰੀ ਨਹੀਂ ਮਿਲ ਰਹੀ ਉਹੀ ਹਾਲਾਤ ਨੇ ਸੋ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਸਾਡਾ ਸਿਹਤ ਦਾ ਮਾਡਲ ਪਹਿਲਾ ਹੈ ਜਿਸ ਤਰ੍ਹਾਂ ਇਹਨੀ ਐਜੂਕੇਸ਼ਨ ਮਾਡਲ ਮੰਨਿਆ ਕਿ ਬਿਹਤਰ ਸੀ ਸਾਡਾ ਸਿਹਤ ਦਾ ਮਾਡਲ ਵੀ ਪਹਿਲਾਂ ਬਿਹਤਰ ਉਹਨੂੰ ਬੈਟਰ ਕਰਾਂ ਉਹਨੂੰ ਜਾ ਕੇ ਆਪਾਂ ਐਕਸ-ਰੇ ਮਸ਼ੀਨਾਂ ਲਾ ਲਾਂਗੇ ਜੀ ਕਹਿੰਦੇ ਸਾਰਿਆਂ 'ਚ ਤੇ ਐਕਸ-ਰੇ ਮਸ਼ੀਨਾਂ ਲਾ ਕੇ ਮਾਡਲ ਬਿਹਤਰ ਹੋ ਜਾਏਗਾ ਉੱਥੇ ਡਾਕਟਰ ਰੱਖਣ ਦੀ ਜ਼ਰੂਰਤ ਆ ਉੱਥੇ ਜਿਹੜੇ ਐਕਸਪਰਟਸ ਰੱਖਣ ਦੀ ਜ਼ਰੂਰਤ ਆ ਸਪੈਸ਼ਲਿਸਟ ਰੱਖਣ ਦੀ ਜ਼ਰੂਰਤ ਆ ਉਹਨਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਲੋਕ ਸਭਾ ਚੋਣਾਂ ਮਹਿਜ਼ੂ 6 ਮਹੀਨੇ ਦੇ ਕਰੀਬ ਦਾ ਜਿਹੜਾ ਸਮਾਂ ਰਹਿ ਚੁੱਕਿਆ ਹੈ ਭਾਜਪਾ ਕਹਿੰਦੀ ਅਸੀਂ ਹੈਟ੍ਰਿਕ ਮਾਰਾਂਗੇ ਨਰਿੰਦਰ ਮੋਦੀ ਫਿਰ ਤੋਂ ਪ੍ਰਧਾਨ ਮੰਤਰੀ ਬ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜੇ ਇੱਕ ਵੱਡਾ ਦਾਵਾ ਜਿਹੜਾ ਹੁਸ਼ਾਰਪੁਰ ਦੀ ਧਰਤੀ ਤੋਂ ਕੀਤਾ ਗਿਆ ਹੈ ਕਿ ਪੰਜਾਬ ਦੀਆਂ ਤਾਂ ਆਪਾਂ 13 ਦੀਆਂ 13 ਲੋਕ ਸਭਾ ਇਹ ਸੀਟਾਂ ਜਿਹੜੀਆਂ ਜਿੱਤ ਰਹੇ ਆ ਪਲੱਸ ਇੱਕ ਹੋਰ ਚੰਡੀਗੜ੍ਹ ਵਾਲੀ ਵੀ ਉਹਨਾਂ ਨੇ ਐਡ ਕੀਤੀ ਹੈ ਲੋਕ ਸਭਾ ਸੀਟ ਕਿ ਅਸੀਂ 14 ਸੀਟਾਂ ਜਿੱਤਾਂਗੇ ਜੇ ਕਾਂਗਰਸ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੋ ਕਾਂਗਰਸ ਹੋ ਚੁੱਕੀ ਹੈ ਸਮਰੱਥ ਪੂਰੀ ਤਰ੍ਹਾਂ ਦੇ ਨਾਲ ਟੱਕਰ ਦੇਣ ਲਈ ਉਹਨਾਂ ਨੂੰ ਆਹ ਦੇਖੋ ਕਾਂਗਰਸ ਹਮੇਸ਼ਾ ਤੋਂ ਸਮਰੱਥ ਰਹੀ ਹੈ ਕਾਂਗਰਸ ਯੂनाइटेड ਹੈ ਕਾਂਗਰਸ ਪੂਰੀ ਮਿਹਨਤ ਕਰ ਰਹੀ ਹੈ ਔਰ ਕਾਂਗਰਸ ਆਪਣੇ ਹਰ ਖੜੀ ਹੈ ਬਾਕੀ ਜਿੱਥੇ ਤੱਕ ਲਿਖ ਕੇ ਦੇਣ ਵਾਲਾ ਕੰਮ ਆ ਨਾ ਉਹ ਲਿਖ ਕੇ ਤਾਂ ਨਹੀਂ ਸੰਗਰੂਰ ਦਾ ਵੀ ਦਿੱਤਾ ਸੀ ਇਹਨਾਂ ਦੇ ਜਿਹੜੇ ਸਮਾਨਯੋਗ ਫਾਈਨਾਂਸ ਮਿਨਿਸਟਰ ਚੀਮਾ ਸਾਹਿਬ ਉਹ ਕਹਿੰਦੇ ਜੀ ਮੈਂ ਬਸ ਲਿਖ ਕੇ ਦਿੰਦਾ ਵੀ ਅਸੀਂ ਸੰਗਰੂਰ ਜਿੱਤੇ ਪਏ ਹਾਂ ਅਨਮੋਲਗ ਨਮਾਨ ਹਾਂ ਨਹੀਂ 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 ਚੀਤੇ ਚੀਮਾ ਨੇ ਕਿਹਾ ਸੀ ਅਨਮੋਲਗ ਨਮਾਨ ਦੇ ਕਹਿੰਦੀ ਵੀ ਸਾਡੀ ਇੱਥੇ ਸਾਡੀ ਤਾਂ ਰਾਜਧਾਨੀ ਹੈ ਸਾਡੀ ਦਾ ਜੜਾ ਇੱਥੇ ਆ ਉਹ ਤੁਸੀਂ ਦੇਖੋ ਵੀ ਚੀਮਾ ਸਾਹਿਬ ਨੇ ਤਾਂ ਉਹ ਵੀ ਲਿਖ ਕੇ ਦਿੱਤਾ ਸੀ ਮੈਂ ਲਿਖ ਕੇ ਕਿੱਥੇ ਗਿਆ ਸੋ ਰਾਜਨੀਤੀ ਦੇ ਵਿੱਚ ਕੁਝ ਲਿਖ ਕੇ ਨਹੀਂ ਦਿੱਤਾ ਜਾ ਸਕਦਾ ਇਹ ਤਾਂ ਲੋਕਾਂ ਦਾ ਮੂਡ ਹੈ ਜੇ ਬਦਲਾਅ ਉਹ ਨਹੀਂ ਇੱਕ ਵਾਰ ਹੀ ਲੈਂਦਾ ਫਿਰ ਬਸ ਬਦਲਾਅ ਨੂੰ ਬਦਲ ਦੇਣਗੇ। ਤੋਂ ਇਸ ਕਰਕੇ 13 ਦੀਆਂ 13 ਸੀਟਾਂ ਆਣੀਆਂ ਜਾਂ ਕੋ 14 ਆਣੀਆਂ। ਮੈਂ ਸਮਝਦਾ ਕਿ ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਜਾ ਰਿਹਾ। ਮੈਂ ਸਮਝਦਾ ਕਿ ਪੰਜਾਬ ਦੇ ਲੋਕ ਐਨੇ ਸੂਝਵਾਨ ਨੇ। ਇਹਨਾਂ ਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਸਾਨੂੰ ਕਿੰਨੀਆਂ ਸੀਟਾਂ ਦਿਓ। ਜੇ ਅੱਛਾ ਕੰਮ ਜਿਹੜਾ ਕਰਦਾ ਉਹਨੂੰ ਜ਼ਰੂਰ ਲੈ ਕੇ ਆਂਦੇ ਆ। ਬਦਲਾਅ ਵੀ ਕਰਦੇ ਆ, ਮੌਕਾ ਵੀ ਦਿੰਦੇ ਆ। ਸਾਨੂੰ ਵੀ ਮੌਕਾ ਦਿੱਤਾ ਸੀ। ਅਸੀਂ ਲੋਕਾਂ ਦੀਆਂ ਸ਼ਾਮਤ ਨਹੀਂ ਕਰੇ ਉੱਤੇ ਤੇ ਸਾਨੂੰ ਇਹਨਾਂ ਨੇ ਫੇਰ ਇਹਨਾਂ ਨੂੰ ਮੌਕਾ ਤਾਂ ਦੇਖੋ ਕੀ ਕਰਦੇ ਆ। ਆਖਰੀ ਸਵਾਲ ਹੈ ਜੀ ਜਿਸ ਥਾਂ ਤੇ ਅੱਜ ਰੈਲੀ ਹੋਈ ਹੈ ਇਹ ਜ਼ਿਮੀਦਾਰਾਂ ਦੀ ਜ਼ਮੀਨ ਹੈ 30 ਕਿੱਲਿਆਂ ਦੇ ਕਰੀਬ ਜਿਹੜੀ ਕਣਕ ਦੀ ਫਸਲ ਉਜਾੜ ਦਿੱਤੀ ਗਈ ਹੈ ਫਸਲ ਉਜਾੜ ਕੇ ਜਿਹੜੀ ਸਿਆਸੀ ਪੇਚ ਉੱਤੇ ਉਸ ਥਾਂ ਤੇ ਤਿਆਰ ਕੀਤੀ ਗਈ ਹੈ ਜ਼ਿਮੀਦਾਰਾਂ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਕਿ ਸਾਨੂੰ ਮੇਰੇ ਭਰੋਸੇ ਦੇ ਵਿੱਚ ਲਏ ਵੀ ਨਹੀਂ ਸਾਡੀ ਜਿਹੜੀ ਜ਼ਮੀਨ ਬਾਅਦ ਦਿੱਤੀ ਗਈ ਆ ਵਟਾਪੰਦ ਦਿੱਤੀਆਂ ਗਈਆਂ ਨੇ ਰੋਡ ਰੋਲਰ ਜਿਹੜੇ ਚਲਾ ਦਿੱਤੇ ਗਏ ਨੇ ਦੇਖੋ ਮੇਰੀ ਇਹ ਨੌਲੇਜ ਤਾਂ ਨਹੀਂ ਹੈ ਬਟ ਇਹ ਵੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇਹ ਬਹੁਤ ਹੀ ਮੰਦਪਗ ਹੈ ਜੇਕਰ ਇਸ ਤਰ੍ਹਾਂ ਹੋਇਆ ਹੈ ਤੇ ਕਿਉਂਕਿ ਇੱਕ ਪਾਰਟੀ ਸੋ ਕਾਲਡ ਆਪਣੇ ਆਪ ਨੂੰ ਕਿਸਾਨ ਹਤਾਸ਼ੀ ਦੱਸਦੀ ਹੈ ਤੇ ਜੇ ਕਿਸਾਨ ਹਤਾਸ਼ੀ ਹੈ ਤੇ ਮੈਂ ਸਮਝਦਾ ਕਿ ਘੱਟ ਤੋਂ ਘੱਟ ਜੇ ਉੱਥੇ ਕਣਕ ਬੀਜੀ ਹੋਈ ਸੀ ਜਿੰਨਾ ਉਹਨਾਂ ਦਾ ਅੱਜ ਨੁਕਸਾਨ ਹੋਇਆ ਘੱਟ ਤੋਂ ਘੱਟ 25 ਤੋਂ 30000 ਰੁਪਏ ਪਰ ਏਕੜ ਜਿਹੜਾ ਉਹ ਉਹਨਾਂ ਨੂੰ ਮੁਆਵਜ਼ਾ ਜ਼ਰੂਰ ਦੇਣਾ ਚਾਹੀਦਾ ਉਹ ਜ਼ਰੂਰੀ ਹੈ ਤੇ ਜੇ ਨਹੀਂ ਦਿੰਦੀ ਪਾਰਟੀ ਮੈਂ ਸਮਝਦਾ ਕਿ ਫਿਰ ਅਸੀਂ ਕਿਸਾਨ ਨਾਲ ਅਸੀਂ ਵੀ ਸੰਪਰਕ ਕਰਾਂਗੇ ਤੇ ਜੋ ਵੀ ਅ ਅ ਪ੍ਰੋਸੈਸ ਅੱਗੇ ਹੋਈ ਪ੍ਰੋਟੈਸਟ ਕਰਨ ਦੀ ਲੋੜ ਪਈ ਅਸੀਂ ਆਪਣੇ ਕਿਸਾਨ ਵੀਰਾਂ ਨਾਲ ਪਹਿਲਾਂ ਵੀ ਖੜੇ ਸੀ ਉਹਨਾਂ ਦੇ ਨਾਲ ਖੜੇ ਹਾਂ ਉਹਨਾਂ ਦੇ ਨਾਲ ਹਮੇਸ਼ਾ ਲੜਾਂਗੇ ਤੇ ਮਰਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਐਸਨ ਹੁਸ਼ਾਰਪੁਰ ਦੇ ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਤੇ ਵਿਰੋਧੀ ਧਿਰ ਦੇ ਉਪਨੇਤਾ ਡਾਕਟਰ ਰਾਜਕੁਮਾਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਆਮ ਆਦਮੀ ਪਾਰਟੀ ਵਿਕਾਸ ਕ੍ਰਾਂਤੀ ਰੈਲੀ ਨੂੰ ਇੱਕ ਨਵਾਂ ਨਾਮ ਉਹਨਾਂ ਵੱਲੋਂ ਦਿੱਤਾ ਗਿਆ ਕਿ ਵਿਕਾਸ ਕ੍ਰਾਂਤੀ ਰੈਲੀ ਨਹੀਂ ਵਿਕਾਸ ਭਰਾਂਤੀ ਰੈਲੀ ਹੈ ਕਿਉਂਕਿ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੋਕਾਂ ਦੇ ਵਿੱਚ ਭੰਪੈਦਾ ਕੀਤਾ ਗਿਆ ਸੋ ਮੈਡੀਕਲ ਕਾਲਜ ਜੋ ਕਿ ਇੱਕ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਡਾਕਟਰ ਰਾਜ ਕੁਮਾਰ ਵੱਲੋਂ ਕਿਹਾ ਗਿਆ ਹੈ ਕਿ ਇਹ ਕਾਂਗਰਸ ਦੀ ਦੇਣ ਹੈ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਉਹਨਾਂ ਵੱਲੋਂ ਇੱਕ ਵੱਡਾ ਦਮ ਭਰਿਆ ਗਿਆ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਕੇ ਆਮ ਆਦਮੀ ਪਾਰਟੀ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਟਕਰੇਗੇ ਕੈਮਰਾ ਪਰਸਨ ਬਲਚਿੰਦਰ ਸਿੰਘ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਜੁੜੇ ਹੋ ਸ਼ਾਰਪਰ ਨਿਊਜ਼ ਦੇ ਨਾਲ